ਸ਼ਸ਼ੀਕਲ ਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡੇ ਮੇਰੇ YouTube ਚੈਨਲ ਦੇ ਉੱਤੇ ਪੰਜਾਬੀ ਯੂਨੀਵਰਸਿਟੀ ਪਟਿਆਲਾ ਦੀ BA ਸੈਮੈਸਟਰ 1st ਦੀ ਜਿਹੜੀ ਡੇਟ ਸ਼ੀਟ ਹੈਗੀ ਹੈ ਇਸ ਦੇ ਪੇਪਰ ਜਿਹੜੇ ਨੇ 11 ਦਸੰਬਰ ਤੋਂ ਸਟਾਰਟ ਹੋ ਰਹੇ ਹਨ ਸੋ ਡੇਟ ਸ਼ੀਟ ਉਹਨੇ ਲਾਂਚ ਕਰ ਦਿੱਤੀ ਹੈ ਪ੍ਰਾਈਵੇਟ ਤੇ ਡਿਸਟੈਂਸ ਵਾਲਿਆਂ ਦੀ ਅਲੱਗ ਤੋਂ ਡੇਟ ਸ਼ੀਟ ਆਉਂਦੀ ਹੈ ਰੈਗੂਲਰ ਵਾਲਿਆਂ ਦੀ ਅਲੱਗ ਤੋਂ ਡੇਟ ਸ਼ੀਟ ਆਉਂਦੀ ਹੈ ਕਿਉਂਕਿ ਪ੍ਰਾਈਵੇਟ ਵਾਲਿਆਂ ਦੇ ਦੁਪਹਿਰੇ ਵੀ ਪੇਪਰ ਹੁੰਦੇ ਨੇ ਤੇ ਸਵੇਰੇ ਵੀ ਪੇਪਰ ਹੁੰਦੇ ਨੇ ਲੇਕਿਨ ਰੈਗੂਲਰ ਵਾਲਿਆਂ ਦੇ ਸਿਰਫ ਇੱਕੋ ਹੀ ਟਾਈਮਿੰਗ 'ਚ ਪੇਪਰ ਹੁੰਦੇ ਆ ਠੀਕ ਹੈ ਸੋ ਪ੍ਰਾਈਵੇਟ ਡਿਸਟੈਂਸ ਜਿਹੜੇ ਬੱਚੇ ਪਹਿਲਾਂ ਵੀ ਪੜਦੇ ਰਹੇ ਨੇ ਲੇਕਿਨ ਉਹ ਪ੍ਰਾਈਵੇਟ ਤੇ ਡਿਸਟੈਂਸ ਦੇ ਵਿੱਚ ਸੀ ਐਡੀਸ਼ਨਲ ਪੇਪਰ ਦੇਨੇ ਨੇ ਰੀਪੀਅਰ ਦੇ ਦੇ ਰਹੇ ਨੇ ਸਪੈਸ਼ਲ ਚਾਂਸ ਇੰਪਰੂਵਮੈਂਟ ਦੇ ਪੇਪਰ ਦੇ ਰਹੇ ਨੇ ਨਾ ਤਾਂ ਉਹ ਇਹੀ ਜਿਹੜੀ ਹੈਗੀ ਹੈ ਡੇਟ ਸ਼ੀਟ ਫੋਲੋ ਕਰਨੀ ਹੈ ਤੋਂ 11 ਦਸੰਬਰ ਨੂੰ ਪੇਪਰ ਸਟਾਰਟ ਹੋ ਰਹੀ ਹੈ ਇਧਰ ਹੈਗਾ ਸਵੇਰ ਦਾ ਟਾਈਮ ਸਾਡੇ ਨੂੰ ਤੋਂ ਸਾਢੇ 12 ਇੱਥੇ ਹੈ ਡੇਟ ਤੋਂ ਸਾਢੇ 4 ਕਿਹੜੇ ਪੇਪਰ ਸਵੇਰੇ ਨੇ ਤੇ ਕਿਹੜੇ ਪੇਪਰ ਸ਼ਾਮ ਨੂੰ ਨੇ 11 ਤਰੀਕ ਨੂੰ ਦਸੰਬਰ ਨੂੰ ਪਬਲਿਕ ਐਡਮਿਨਿਸਟ੍ਰੇਸ਼ਨ ਦਾ ਪੇਪਰ ਸਵੇਰੇ ਹੈ ਹਿਸਟਰੀ ਆਫ ਆਰਟ ਜਿਹੜੇ ਨੇ 50 ਵਾਲੇ ਬੱਚੇ ਠੀਕ ਹੈ ਉਹਨਾਂ ਦਾ ਪੇਪਰ ਜਿਹੜਾ ਹੈ 11 12 2023 ਸਾਢੇ 9 ਵਜੇ ਹੈ ਸ਼ਾਮ ਨੂੰ ਕੋਈ ਵੀ ਪੇਪਰ ਨਹੀਂ ਹੈ 13 ਤਰੀਕ ਨੂੰ ਸਵੇਰੇ ਕੋਈ ਪੇਪਰ ਨਹੀਂ ਹੈ ਲੇਕਿਨ ਸ਼ਾਮ ਨੂੰ ਡਿਸਟੈਂਸ ਤੇ ਪ੍ਰਾਈਵੇਟ ਵਾਲਿਆਂ ਦਾ ਇੰਗਲਿਸ਼ ਦਾ ਪੇਪਰ ਹੈ 13 12 2023 ਦੁਪਹਿਰੇ 1:30 ਵਜੇ ਤੋਂ 4:30 ਵਜੇ ਸ਼ਾਮ ਤੱਕ ਇੰਗਲਿਸ਼ ਦਾ ਪੇਪਰ ਹੈ ਅਤੇ 16 12 2023 ਨੂੰ ਵੀ ਸ਼ਾਮ ਨੂੰ ਯਾਨੀ ਕਿ ਦੁਪਹਿਰ ਸ਼ਾਮ ਨੂੰ ਪੰਜਾਬੀ ਦਾ ਪੇਪਰ ਹੈ 13 ਨੂੰ ਇੰਗਲਿਸ਼ ਦਾ ਪੇਪਰ 16 ਨੂੰ ਪੰਜਾਬੀ ਦਾ ਪੇਪਰ ਲੇਕਿਨ ਦੋਨੋਂ ਹੀ ਪੇਪਰ ਦੁਪਹਿਰ 20 ਤਰੀਕ ਬੁੱਧਵਾਰ ਨੂੰ ਰੂਰਲ ਡਿਵੈਲਪਮੈਂਟ ਤੇ ਸੋਸ਼ੀਓਲੋਜੀ ਦਾ ਪੇਪਰ ਹੈ ਸੋਸ਼ੀਓਲੋਜੀ ਦੀਆਂ ਟੀਚਿੰਗ ਵੀਡੀਓਜ਼ ਆਲਰੇਡੀ ਮੇਰੇ ਚੈਨਲ ਦੇ ਉੱਤੇ ਹੈ ਤਾਂ ਰੂਰਲ ਡਿਵੈਲਪਮੈਂਟ ਸੋਸ਼ੀਓਲੋਜੀ ਦਾ ਪੇਪਰ ਸਵੇਰੇ ਹੈ 20 ਦਸੰਬਰ ਨੂੰ ਸ਼ਾਮ ਦਾ ਕੋਈ ਪੇਪਰ ਨਹੀਂ ਹੈ ਉਸ ਤੋਂ ਬਾਅਦ 22 ਠੀਕ ਹੈ ਇੱਥੇ 22 ਪੜਿਓ ਤਾਂ 22 12 2023 ਨੂੰ ਸਾਈਕੋ ਦਾ ਪੇਪਰ ਹੈ ਮੈਥਸ ਦਾ ਪੇਪਰ ਹੈ ਅਤੇ ਸ਼ਾਮ ਵਾਲੇ ਬੱਚੇ ਕਿਉਂਕਿ ਬਹੁਤ ਸਾਰੇ ਬੱਚੇ ਨੇ ਹਿਸਟਰੀ ਆਪਟ ਕੀਤੀ ہوئی ਹੈ ਤਾਂ ਉਹਨਾਂ ਦਾ ਪੇਪਰ ਦੁਪਹਿਰੇ ਹੈ ਹਿਸਟਰੀ ਆਫ ਇੰਡੀਆ ਅਪ ਟੂ 1800 ਤਾਂ 22 ਦਸੰਬਰ 2023 ਨੂੰ ਹਿਸਟਰੀ ਦਾ ਪੇਪਰ ਹੈ 27 ਤਰੀਕ ਨੂੰ ਉਰਦੂ ਤੇ ਸੰਸਕ੍ਰਿਤ ਦਾ ਪੇਪਰ ਹੈ ਬਹੁਤ ਸਾਰੇ ਬੱਚੇ ਆਪਟ ਕਰਦੇ ਨੇ ਲੇਕਿਨ ਮੇਰੇ ਕੋਲ ਐਸੇ ਸਟੂਡੈਂਟਸ ਨਹੀਂ ਹੈ ਤਾਂ 27 12 ਨੂੰ ਲਿਟਰੇਚਰ ਦਾ ਪੇਪਰ ਹੈ ਬੁੱਧਵਾਰ ਵਾਲੇ ਦਿਨ ਪੰਜਾਬੀ ਲਿਟਰੇਚਰ ਇੰਗਲਿਸ਼ ਲਿਟਰੇਚਰ ਅਤੇ ਹਿੰਦੀ ਲਿਟਰੇਚਰ ਕੋਈ ਵੀ ਲਿਟਰੇਚਰ ਦਾ ਪੇਪਰ ਹੈ ਤਾਂ ਤੁਹਾਡਾ ਪੇਪਰ ਜਿਹੜਾ ਹੈਗਾ ਉਹ ਸ਼ਾਮ ਦਾ ਤਾਂ ਇੰਗਲਿਸ਼ ਦਾ ਪੇਪਰ 13 12 ਨੂੰ ਦੁਪਹਿਰ ਨੂੰ ਉਸ ਤੋਂ ਬਾਅਦ ਜਿਹੜਾ ਹੈਗਾ 16 12 ਨੂੰ ਪੰਜਾਬੀ ਦਾ ਪੇਪਰ ਹਿਸਟਰੀ ਦਾ ਪੇਪਰ 22 ਨੂੰ 27 ਨੂੰ ਪੇਪਰ ਹੈ ਤੁਹਾਡਾ ਕੋਈ ਵੀ ਲਿਟਰੇਚਰ ਹੈ ਤਾਂ ਦੁਪਹਿਰ ਦਾ ਹੀ ਤੁਹਾਡਾ ਪੇਪਰ ਹੈ ਬਾਕੀ ਸਾਰੇ ਜਿਹੜੇ ਪੇਪਰ ਨੇ ਤੁਹਾਡੇ ਸਵੇਰ ਦੀ ਟਾਈਮਿੰਗ 'ਚ ਹੋਣਗੇ ਹਿਸਟਰੀ ਦਾ ਪੇਪਰ ਲਿਟਰੇਚਰ ਦਾ ਪੇਪਰ ਇੰਗਲਿਸ਼ ਅਤੇ ਪੰਜਾਬੀ ਕਮਲਸੀ ਦਾ ਪੇਪਰ ਜਿਹੜਾ ਹੈ ਉਹ ਤੁਹਾਡਾ ਦੁਪਹਿਰ ਦੀ ਟਾਈਮਿੰਗ ਤੀਨੋਂ ਪੇਪਰ ਹੈ ਤੁਹਾਡਾ ਇਕਨੋਮਿਕਸ ਦਾ ਜਿਨ੍ਹਾਂ ਨੇ ਡਿਫੈਂਸ ਲਈ ਹੈ ਜਿਨ੍ਹਾਂ ਨੇ ਐਜੂਕੇਸ਼ਨ ਲਈ ਹੈ ਠੀਕ ਹੈ ਤਾਂ ਇਹ ਵਾਲਾ ਪੇਪਰ ਤੁਹਾਡਾ ਹੈਗਾ ਸਵੇਰੇ 30 12 ਨੂੰ 2 ਜਨਵਰੀ ਨੂੰ ਤੁਹਾਡਾ ਪੇਪਰ ਹੈ ਰਿਲੀਜਨ ਦਾ ਠੀਕ ਹੈ ਵੂਮਨ ਸਟਡੀ ਦਾ ਤੇ ਰਿਲੀਜਨ ਦਾ ਪੇਪਰ ਹੈ ਦੋ ਨੂੰ ਸਵੇਰ ਨੂੰ ਠੀਕ ਹੈ ਅਤੇ 4 ਨੂੰ ਪੇਪਰ ਹੈ ਪੋਲਿਟੀਕਲ ਦਾ ਪੁਲਿਸ ਐਡਮਿਨਿਸਟ੍ਰੇਸ਼ਨ ਦਾ ਤਬਲੇ ਦਾ 4 ਜਨਵਰੀ ਨੂੰ ਪੇਪਰ ਹੈ ਪੋਲਿਟੀਕਲ ਸਾਇੰਸ ਤਬਲਾ ਅਤੇ ਪੁਲਿਸ ਐਡਮਿਨਿਸਟ੍ਰੇਸ਼ਨ 6 ਜਨਵਰੀ ਨੂੰ ਲਿੰਗੁਇਸਟਿਕ ਕੰਪਿਊਟਰ ਅਤੇ ਸਿਕ ਸਟੱਡੀਜ਼ ਦਾ ਪੇਪਰ ਹੈ ਲੇਕਿਨ ਜ਼ਿਆਦਾਤਰ ਬੱਚੇ ਜਿਨ੍ਹਾਂ ਨੇ ਰਿਲੀਜੀਅਨ ਆਪਟ ਕੀਤਾ ਮੇਨਲੀ ਰਿਲੀਜੀਅਸ ਸਟੱਡੀਜ਼ ਹੈ ਕਿਉਂਕਿ ਇੱਥੇ ਵੀ ਸਿੱਖ ਦਾ ਰਮਾਨ ਦਾ ਲੇਕਿਨ ਰਿਲੀਜੀਅਨ ਦਾ ਪੇਪਰ ਜਿਹੜਾ ਹੈ ਉਹ ਥੋੜਾ ਦੋਨੋਂ ਆ ਸਿੱਖ ਅਗਰ ਤੁਸੀਂ ਸਟੱਡੀਜ਼ ਲਈ ਹੋਈ ਹੈ ਸਿੱਖ ਸਟੱਡੀਜ਼ ਠੀਕ ਹੈ ਤਾਂ ਉਹ ਥੋੜਾ ਪੇਪਰ ਹੈ 6 ਜਨਵਰੀ ਨੂੰ 9 ਨੂੰ ਥੋੜਾ ਪੇਪਰ ਹੈ ਮੈਥਸ ਦਾ ਅਲਜੈਬਰਾ ਟ੍ਰਿਗਨੋਮੈਟਰੀ ਡਿਫਰੈਂਸ਼ੀਏਸ਼ਨ ਇਕ ਇਕੁਏਸ਼ਨਸ ਦਾ 9 ਜਨਵਰੀ ਨੂੰ 15 ਨੂੰ ਥੋੜਾ ਸੋਮਵਾਰ ਨੂੰ ਪੇਪਰ ਹੈ ਮੈਥਸ ਲ ਕואର୍ਡੀਨੇਟ ਜੀਓਮੈਟਰੀ ਦਾ ਬਾਕੀ ਜਿਹੜਾ ਹੈ ਅਗਰ ਕੋਈ ਫੇਰ ਬਦਲ ਇਨਾਂ ਚ ਹੁੰਦੀ ਹੈਗੇ ਡੇਟ ਸ਼ੀਟ ਦੇ ਵਿੱਚ ਤਾਂ ਉਹ ਦੁਬਾਰਾ ਅਪਡੇਟ ਕਰਨਗੇ ਸਾਈਡ ਦੇ ਨਾਲ ਜੁੜੇ ਰਹੋ ਅ ਜਿਹੜੇ ਵੀ ਤੁਹਾਡੇ ਐਡਮਿਟ ਕਾਰਡ ਨੇ ਉਥੇ ਕੋਡ ਦਿੱਤੇ ਹੋਏ ਨੇ ਪਟਿਆਲਾ 710 ਪਟਿਆਲਾ 714 ਤਾਂ ਐਵੇਂ ਜਿਹੜੇ ਹੈ ਆਪਾਂ ਨੇ ਕੋਡ ਜਿਹੜੇ ਹੈ ਡੇਟਸ਼ੀਟ ਦੇ ਥੱਲੇ ਅ ਦਿੱਤੇ ਹੋਏ ਨੇ ਤਾਂ ਇਹਨਾਂ ਨੂੰ ਸਕਰੋਲ ਕਰਕੇ ਲੱਭ ਲਿਓ ਕਿ ਪਟਿਆਲਾ 711 ਆਇਆ ਤਾਂ ਤੁਹਾਡਾ ਸਰਕਾਰੀ ਊਮਨ ਕਾਲਜ ਹੈ ਅਗਰ ਤੁਹਾਡਾ 710 ਨੰਬਰ ਆਇਆ ਤਾਂ ਮੋਦੀ ਕਾਲਜ ਹੈ ਅਗਰ ਤੁਹਾਡਾ 707 ਨੰਬਰ ਆਇਆ ਤਾਂ ਤੁਹਾਡਾ ਮਿੰਦਰਾ ਕਾਲਜ ਹੈ ਠੀਕ ਹੈ ਸੋ ਐਦਾਂ ਜਿਹੜਾ ਹੈਗਾ ਤੁਸੀਂ ਇਸ ਨੂੰ ਦੇਖ ਸਕਦੇ ਹੋ ਸੋ ਇੱਥੇ ਜਿਹੜਾ ਹੈ 22 ਛਪਿਆ ਹੋਇਆ ਹੈ ਸੋ ਇਹਨੂੰ 22 ਇਹਨੂੰ 22 ਜਿਹੜਾ ਹੈਗਾ ਪੜਨਾ ਇੱਥੇ ਸਿਰਫ ਜਿਹੜਾ ਹੈਗਾ 2 ਛਪਿਆ ਤਾਂ ਇਹ 22 ਹੈ ਤਾਂ ਹਿਸਟਰੀ ਦਾ ਪੇਪਰ 22 ਨੂੰ ਆ ਇਹ बार-बार ਮੈਂ ਤੁਹਾਨੂੰ ਅਪਡੇਟ ਕਰ ਰਹੀਆਂ ਬਿਕੋਜ਼ ਪਹਿਲਾਂ ਮੇਰੇ ਤੋਂ ਮਿਸਟੇਕ ਹੋ ਗਈ ਸੀ ਤਾਂ 22 ਨੂੰ ਪੇਪਰ ਹੈ ਹਿਸਟਰੀ ਦਾ ਠੀਕ ਹੈ ਥੈਂਕ ਯੂ ਸੋ ਮੱਚ